थ्रैशर जी कणकां तो बाद खड़ी सी खराब हो रही सी मीह नाल, इन्होंने कहा चलो बरसीन का बीज कढ के तां इसनूं रवी फिर कर दईए। बरसीन का बीज कढ़न लगे आ जी, टायर टूर पई जांदे आ, हुण लै के चले आ मरब्बे। यार लाल दी लभ तो लिया ना, ट्रैक्टर थला वज चुके, टायर पै चुके आ, तो हूँ वेले जा रहे लै के मरब्बे। अंब टपकिया है तो ला लीए। पैप को पैप पैप ला थो, मैं तरीका मैं दसदा, पैप ला थो तरीका मैं दसदा। जी टपकिया हो अंब अपने मुकदर च एक लभ आया, इधर थ्रैशर इंटर कर लगे अंदर, इधर अली ने भी लाभ आया, छिल दिया सारिया बेल दूसरे नंगा गई। मुंडे तू काम कर देना ठीक है ना, कहना मेरे टिंडे भी लगे खड़े नरमा तेरा सोना टुरिया वा, इन स्प्रे मरवा दे पानी ला दे। की हाल है हीरो, ठीक है जी? अस्सलाम वालेकुम दोस्तों, की हाल चाल है जी? गुलाफो मार दो सारे, गुलाफो मार दो उन्हों, मीह पै गया ना, पता की गल आ, मीह पै गया ना एक अद्धा, एक घा बछड़ा नरमा नहीं दिसना, तुसीं खाद पानी आ तो घर लैनी नरमे ने लैनी। हाँ जी मैं अच्छी कल भी गल करते नरमे नूं स्प्रे मारो सारे नूं, जान छुट्टे गिरा टाइम ना टाकड़ा फोरा ला के। बहुत मैं मेरे को कह रहा कि स्प्रे मारते नरमे नूं तां जान छुड़ा।
ਕਰਕੇ ਤੇ ਬਾਰਿਸ਼ਾਂ ਮਜ਼ੀਦ ਹੋਰ ਹੁਣ ਦੱਸ ਰਹੇ ਆ 15-16 ਤਰੀਕ ਤੋਂ ਤੇ ਬਾਰਿਸ਼ਾਂ ਪੈ ਗਈਆਂ ਨਾ ਹੋਰ ਤੇ ਇਹ ਨਰਮੇ ਨਹੀਂ ਦਿਸਣੇ ਜਿਹੜੇ ਛੋਟੇ ਨਰਮੇ ਆ ਤੇ ਗੰਦ ਹੀ ਦਿਸਣਾ ਮੁੜਦੀ ਖਾਦ ਵੀ ਪਾਉਣੀ ਤੋਂ ਵੀ ਗੰਦ ਨਹੀਂ ਲੱਗਦੀ ਇਸ ਤਰ੍ਹਾਂ ਜਿੱਦਾਂ ਇਹਨਾਂ ਨੇ ਸਪਰੇ ਮਾਰੀ ਪਈ ਆ ਤੇ ਸਫਾਇਆ ਹੋਇਆ ਪਿਆ ਇੱਧਰ ਵੇਖ ਲਈ ਆਹ ਨਰਮਾ ਵੀ ਪਹਿਲਾਂ ਉਹਨਾਂ ਨੇ ਸਪਰੇ ਮਾਰ ਦਿੱਤੀ ਆ ਕੋਈ ਗੰਦ ਛੰਦ ਨਹੀਂ ਜ਼ਬਰਦਸਤ ਹੈ ਸਾਫ਼ ਹੁਣ ਬਾਰਿਸ਼ ਪੈ ਵੀ ਜਾਵੇ ਪਰੇਸ਼ਾਨੀ ਨਹੀਂ ਇਹਨਾਂ ਨੂੰ ਹਾਲੇ ਮਹੀਨਾ ਡੇਢ ਨਰਮਾ ਛਾਂ ਕਰ ਗਿਆ ਪਰੇਸ਼ਾਨੀ ਖਤਮ ਹੋਣ ਦੇ ਹੈ ਜੀ ਆਪਣੇ ਇਲਾਕੇ ਦੀਆਂ ਖੇਤੀਆਂ ਛੋਟੇ ਛੋਟੇ ਪਲਾਟ ਆ ਇੱਥੇ ਹਰ ਬੰਦਾ ਆਪਣੇ ਮਰੱਬੇ ਕੰਮ ਲੱਗਾ ਖੜਾ ਇੱਧਰ ਵੀ ਲੱਗੇ ਹਰ ਪਾਸੇ ਯਾਨੀ ਕਿ ਦੂਸਰੇ ਤੀਸਰੇ ਕਿੱਲੇ ਵਿੱਚ ਬੰਦੇ ਫਿਰਦੇ ਆ ਰੌਣਕਾਂ ਜੀ ਸਾਡੇ ਇਲਾਕੇ ਵਿੱਚ ਮਾਸ਼ਾਅੱਲਾ ਲਿੰਕ ਰੋਡ ਕੱਚੀਆਂ ਸੜਕਾਂ ਅੱਜ ਆਪਣੀ ਮਸਰੂਫੀਅਤ ਇਹ ਆ ਦੋਸਤੋ ਕਿ ਅੱਜ ਆਪਣੀ ਹੈਗੀ ਪਾਣੀ ਦੀ ਵਾਰੀ ਅਤੇ ਨਾਲ ਉਹਨੂੰ ਪਾਉਣੀ ਆ ਖਾਦ ਸ਼ਾਦ ਕੋਈ ਸਲਫਰ ਵਗੈਰਾ ਅਤੇ ਮਰੱਬੇ ਆਪਾਂ ਪਹੁੰਚ ਚੱਲੇ ਹਾਂ ਤਾਂ ਇੱਥੋਂ ਕਿ ਜਾਮ ਪਦ ਮੈਂ ਤੁਹਾਡੇ ਨਾਲ ਫਿਰ ਕੈਮਰਾ ਇੱਕ ਵਾਰੀ ਬੰਦ ਕਰ ਲਾਂ ਤਾਂ ਫਿਰ ਮਰੱਬੇ ਪਹੁੰਚ ਕੇ ਕਰਦੇ ਹਾਂ ਗੱਲਬਾਤ ਹਾਂਜੀ ਆਹ ਚੈੱਕ ਕਰ ਲਓ ਜੀ ਆਪਣੀ ਫਸਲ ਇਹ ਸਾਈਟੋ ਵਰਾਇਟੀ ਆ 2023 ਇਹ ਗੰਦ ਜਿਹੜਾ ਸੀ ਉਹਨੂੰ ਥੱਲੇ ਮਾਰੀ ਸੀ ਸਪਰੇ ਗਲਾਫ ਸਾਈਡ ਉੱਤੇ ਗੰਦ ਵੀ ਸੁੱਕੀ ਜਾਂਦਾ ਹਲਕਾ ਹਲਕਾ ਜੇ ਪਾਣੀ ਲੱਗੇਗਾ ਤਾਂ ਮਜ਼ੀਦ ਜਲਦੀ ਅਸਰ ਕਰੇਗਾ ਅਤੇ ਸੁੱਕ ਜਾਏਗਾ ਸਾਰਾ ਬਾਕੀ ਹਾਲ ਦੀ ਘੜੀ ਦੀ ਫਸਲਾਂ ਮਾਸ਼ਾਅੱਲਾ ਸੋਹਣੀਆਂ ਵਾ ਇਹ ਚੈੱਕ ਕਰ ਲਓ ਕਰੀਬ ਤੋਂ ਤੁਹਾਨੂੰ ਦਿਖਾ ਦਈਏ ਜਿਹੜੀਆਂ ਨਿੱਕੀਆਂ ਥਾਵਾਂ ਨਜ਼ਰ ਆ ਰਹੀਆਂ ਨਾ ਦੋਸਤੋ ਇੱਥੇ ਸੀ ਉਹ ਮਤਲਬ ਨਾੜ ਵਗੈਰਾ ਕਣਕ ਦਾ ਜ਼ਿਆਦਾ ਪਿਆ ਤਾਂ ਆਪਾਂ ਅੱਗ ਨਹੀਂ ਲਾਈਦੀ ਉੱਥੇ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਵਿੱਚ ਜਜ਼ਬ ਹੋਣ ਦੀ ਵਜ੍ਹਾ ਤੋਂ ਰਹਿਣ ਦੀ ਵਜ੍ਹਾ ਤੋਂ ਥੋੜ੍ਹਾ ਜਿਹਾ ਨਿੱਕਾ ਲੇਕਿਨ ਹੁਣ ਅਲਹਮਦੁਲਿਲਾ ਚੱਲ ਪਿਆ ਖਾਦ ਸ਼ਾਦ ਪਾਉਂਦਾ ਰਹੇ ਬਾਕੀ ਓਵਰਆਲ ਮਾਸ਼ਾਅੱਲਾ ਸੋਹਣਾ ਅਤੇ ਇੱਕ ਮਿੰਟ ਦੇ ਵਿੱਚ ਨਰਮੇ ਦੀ ਖੇਤੀ ਦੇ ਬਾਰੇ ਸਾਨੂੰ ਦੱਸਿਆ ਮਗਰ ਕਿ ਇਹਨੂੰ ਕਿਹੜੀ ਕਿਹੜੀ ਇਹਨੂੰ ਖੁਰਾਕ ਅਤੇ ਕਿਹੜੇ ਟਾਈਮ ਪਾਉਣੀ ਚਾਹੀਦੀ ਆ ਅਤੇ ਬਿਹਤਰ ਪੈਦਾਵਾਰ ਵਾਸਤੇ